ਯਦਵਿੰਦਰ ਜੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਸਸਪੈਂਸ ਬਣਿਆ ਹੋਇਆ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਕੋਈ ਅਹੁਦਾ ਮਿਲੇਗਾ ਕੀ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੋਣਗੇ ਉਹਨਾਂ ਦੇ ਨਾਲ ਦੋ ਵਰਕਿੰਗ ਪ੍ਰਧਾਨ ਹੋਣਗੇ ਇਸ ਤਰ੍ਹਾਂ ਦੀ ਗੱਲ ਵਿਦਨ ਕਾਂਗਰਸ ਚੱਲ ਰਹੀ ਹੈ ਤਾਂ ਹਿੰਦੂ ਦਲਿਤ ਵਾਲਾ ਫਾਰਮੂਲਾ ਵੀ ਚੱਲ ਸਕਦਾ ਕਿ ਇੱਕ ਹਿੰਦੂ ਹੋਵੇ ਇੱਕ ਦਲਿਤ ਹੋਵੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਹੋ ਸਕਦੀ ਹੈ ਯਦਵਿੰਦਰ ਜੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਸਸਪੈਂਸ ਬਣਿਆ ਹੋਇਆ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਕੋਈ ਅਹੁਦਾ ਮਿਲੇਗਾ ਨਵਜੋਤ ਸਿੰਘ ਸਿੱਧੂ ਬਾਰੇ ਕਾਂਗਰਸ ਦੇ ਅੰਦਰ ਤੇ ਕਾਂਗਰਸ ਦੇ ਬਾਹਰ ਬਹੁਤ ਵੱਡੀ ਚਰਚਾ ਹੋ ਚੁੱਕੀ ਹੈ ਸਾਨੂੰ ਇਹ ਵੀ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਦੀਆਂ ਕੁਝ ਤਾਂ ਆਫੀਸ਼ੀਅਲ ਮੁਲਾਕਾਤਾਂ ਹੋਈਆਂ ਨੇ ਕੁਝ ਮੁਲਾਕਾਤਾਂ ਅਨ ਆਫੀਸ਼ੀਅਲ ਵੀ ਹੋਈਆਂ ਨੇ ਜਿਹੜੀਆਂ ਕਿਸੇ ਨੂੰ ਨਹੀਂ ਪਤਾ ਸਿਰਫ ਏਸੀਸੀ ਦੇ ਬਹੁਤ ਕਲੋਜ਼ ਲੋਕਾਂ ਨੂੰ ਪਤਾ ਤਾਂ ਸਾਡੇ ਜਿਹੜੇ ਏਸੀਸੀ ਦੇ ਸੋਰਸ ਨੇ ਜਿਨ੍ਹਾਂ ਦੇ ਨਾਲ ਅਸੀਂ ਲਗਾਤਾਰ ਇਨ ਟੱਚ ਰਹਿੰਦੇ ਆ ਜਾਂ ਦਿੱਲੀ ਦੇ ਸੋਰਸ ਨੇ ਜੇ ਕਹੀਏ ਜਿਹੜੇ ਉਹਨਾਂ ਸਰਕਲਾਂ 'ਚ ਲਗਾਤਾਰ ਘੁੰਮਦੇ ਨੇ ਸੱਤਾ ਦੇ ਗਲਿਆਰਿਆਂ 'ਚ ਜਾਂ ਕਾਂਗਰਸ ਦੇ ਗਲਿਆਰਿਆਂ 'ਚ ਜਿਹੜੇ ਘੁੰਮਦੇ ਨੇ ਉਹ ਇਹ ਦੱਸਦੇ ਨੇ ਕਿ ਡਿਸਾਈਡ ਹੋ ਚੁੱਕਿਆ ਐ ਐਲਾਨ ਹੋਣਾ ਉਹਨਾਂ ਦਾ ਇਹ ਕਹਿਣਾ ਹੈ ਸੋਰਸੇ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੋਣਗੇ ਉਹਨਾਂ ਦੇ ਨਾਲ ਦੋ ਵਰਕਿੰਗ ਪ੍ਰਧਾਨ ਹੋਣਗੇ ਇਸ ਤਰ੍ਹਾਂ ਦੀ ਗੱਲ ਵਿਦਨ ਕਾਂਗਰਸ ਚੱਲ ਰਹੀ ਹੈ ਤਾਂ ਜਿਹੜੇ ਵਰਕਿੰਗ ਪ੍ਰਧਾਨ ਹੋਣਗੇ ਉਹ ਕੌਣ ਹੋਣਗੇ ਅਸੀਂ ਇਹ ਪਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਈ ਡਿਸਕਲੋਜ਼ ਨਹੀਂ ਕੀਤਾ ਕਿ ਅਸੀਂ ਅਜੇ ਨਹੀਂ ਦੱਸ ਸਕਦੇ ਕੌਣ ਵਰਕਿੰਗ ਪ੍ਰਧਾਨ ਹੋਣਗੇ ਪਰ ਉਹਦੇ ਵਿੱਚ ਕਿਉਂਕਿ ਇੱਕ ਫਾਰਮੂਲਾ ਚੱਲ ਰਿਹਾ ਹਿੰਦੂ ਦਲਿਤ ਵਾਲਾ ਫਾਰਮੂਲਾ ਤਾਂ ਹਿੰਦੂ ਦਲਿਤ ਵਾਲਾ ਫਾਰਮੂਲਾ ਵੀ ਚੱਲ ਸਕਦਾ ਕਿ ਇੱਕ ਹਿੰਦੂ ਹੋਵੇ ਇੱਕ ਦਲਿਤ ਹੋਵੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਹੋ ਸਕਦੀ ਹੈ ਪਰ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਏਗਾ ਉਹਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਉਹਨਾਂ ਨੂੰ ਨਹੀਂ ਲਾਈਕ ਕਰਦੇ ਚੁੱਪ ਬੈਠਣ ਵਾਲੇ ਤਾਂ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਕਾਊਂਟਰ ਕਰਦੇ ਰਹੇ ਉਹਨਾਂ ਦੀ ਵੀ ਕਾਊਂਟਰ ਪੋਲਿਟਿਕਸ ਹੋਏਗੀ ਪਰ ਲਗਭਗ ਹਾਈ ਕਮਾਂਡ ਇਹ ਡਿਸਾਈਡ ਕਰ ਚੁੱਕੀ ਹੈ ਹਾਈ ਕਮਾਨ ਨੂੰ ਲੱਗਦਾ ਹੈ ਜਾਂ ਜਿੰਨਾ ਫੀਡਬੈਕ ਦਿੱਤਾ ਗਿਆ ਕਿਹਾ ਗਿਆ ਕਿ 60 ਤੋਂ ਉੱਪਰ ਜਿਹੜੇ ਐਮਐਲਏ ਨੇ ਜਾਂ ਮੰਤਰੀ ਨੇ ਇਹਨਾਂ ਚੋਂ 60 ਤੋਂ ਉੱਪਰ ਲੋਕਾਂ ਨੇ ਕੋਈ 64 ਦੱਸਦਾ ਕੋਈ 67 ਦੱਸਦਾ ਕੋਈ 62 ਦੱਸਦਾ ਐਨੇ ਲੋਕਾਂ ਨੇ ਕਿਹਾ ਕਿ ਅਗਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੋਣਗੇ ਨਵਜੋਤ ਸਿੰਘ ਸਿੱਧੂ ਅੱਗੇ ਲੱਗਣਗੇ ਤਾਂ ਕਿਤੇ ਨਾ ਕਿਤੇ ਅਸੀਂ ਕੰਫਰਟੇਬਲੀ ਕਾਂਗਰਸ ਅੱਗੇ ਚੋਣਾ ਚ ਜਾ ਸਕਦੀ ਹੈ ਯਾਨੀ 2022 ਚੋਂ ਤਾਂ ਮੰਨ ਕੇ ਚੱਲ ਰਹੇ ਨੇ ਉਹਨਾਂ ਦਾ ਤਾਂ ਦਾਵਾ ਹੁੰਦਾ ਹਰ ਪਾਰਟੀ ਦਾ ਅਕਾਲੀ ਦਲ ਦਾ ਵੀ ਦਾਵਾ ਅਸੀਂ ਜਿੱਤਾਂਗੇ ਕਾਂਗਰਸ ਦਾ ਦਾਵਾ ਅਸੀਂ ਜਿੱਤਾਂਗੇ ਆਪ ਦਾ ਦਾਵਾ ਅਸੀਂ ਜਿੱਤਾਂਗੇ ਬੀਜੇਪੀ ਜੀ ਦਾ ਕੁਝ ਵੀ ਨਹੀਂ ਬਣ ਰਿਹਾ ਰੀਜੀ ਦੇ ਬੰਦੇ ਰੋਜ਼ ਘੇਰੇ ਜਾ ਰਹੇ ਉਹ ਕਹਿੰਦੇ 100 ਸੀਟਾਂ ਸਾਡੀਆਂ ਆਉਣਗੀਆਂ ਤਾਂ ਇਸ ਕਰਕੇ ਉਹ ਸਾਰਾ ਕਲੇਮ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਕੋਲੇ ਕੀਤਾਗਾ ਪਰ ਸਾਡੇ ਅੰਦਰ ਦੀ ਖਬਰ ਜਿਹੜੀ ਕੱਲੋਂ ਸੋਰਸ ਹੀ ਨਹੀਂ ਜਿਹੜੇ ਹੋਰ ਵੀ ਨੇ ਜੇ ਵਿਦਨ ਕਾਂਗਰਸ ਵੀ ਬਹੁਤ ਸਾਰੀ ਚਰਚਾ ਇੱਥੇ ਵੀ ਹੋ ਰਹੀ ਹੈ ਸਾਰਿਆਂ ਦਾ ਜ਼ੋਰ ਲੱਗਿਆ ਹੁੰਦਾ ਖਬਰਾਂ ਲਈਏ ਤਾਂ ਅਸੀਂ ਵੀ ਲੋਕਾਂ ਦੋ ਤਿੰਨ ਦਿਨਾਂ ਚ ਕੋਈ ਵੱਡੀ ਅਨਾਉਂਸਮੈਂਟ ਹੋ ਸਕਦੀ ਹੈ ਆਉਣ ਵਾਲੇ ਦੋ ਤਿੰਨ ਦਿਨਾਂ ਚ ਹੋਰ ਅਨਾਉਂਸਮੈਂਟਾਂ ਕੀ ਹੋਣਗੀਆਂ ਉਹਨਾਂ ਦਾ ਨਹੀਂ ਪਤਾ ਲੱਗ ਰਿਹਾ ਅਜੇ ਇਹ ਵੀ ਮੰਨਿਆ ਜਾ ਰਿਹਾ ਕੋਈ ਹੋਰ ਅਨਾਉਂਸਮੈਂਟਾਂ ਵੀ ਹੋ ਸਕਦੀਆਂ ਨੇ ਪਰ ਸਾਡੇ ਕੋਲ ਜਿੰਨੀ ਪੁਖਤਾ ਖਬਰਾਂ ਉਸੇ ਦੇਵਾਂਗੇ ਬਹੁਤੀਆਂ ਖਬਰਾਂ ਸਾਡੇ ਕੋਲ ਪਲਾਂਟਡ ਵੀ ਆਉਂਦੀਆਂ ਨੇ ਬਹੁਤ ਸਾਰੇ ਲੋਕ ਫੋਨ ਕਰਦੇ ਨੇ ਪਲਾਂਟ ਕਰਾਉਣ ਨੂੰ ਪਰ ਸਾਨੂੰ ਪਤਾ ਹੁੰਦਾ ਅਸੀਂ 10 ਥਾਂ ਤੂੰ ਚੈੱਕ ਕਰਦੇ ਆਂ ਕਈ ਥਾਵਾਂ ਤੇ ਅਸੀਂ ਦੇਖਦੇ ਆਂ ਅੱਜ ਕੱਲ ਪਲਾਂਟਡ ਖਬਰਾਂ ਚੱਲ ਰਹੀਆਂ ਨੇ ਕੋਹਰ ਪਲਾਂਟਡ ਤੇ ਇਸ ਕਰਕੇ ਸਾਡੇ ਕੋਲ ਜਦੋਂ ਸੂਚਨਾ ਆਉਂਦੀ ਹੈ ਕੋਈ ਪਲਾਨਟ ਕਰਾਉਣਾ ਚਾਹੁੰਦਾ ਤਾਂ ਅਸੀਂ ਅਦਰ ਥਾਂ ਤੋਂ ਚੈੱਕ ਕਰਦੇ ਆਂ ਅਦਰ ਥਾਂ ਤੋਂ ਚੈੱਕ ਕਰਕੇ ਫੇਰ ਹੀ ਲੱਗਦਾ ਕਿ ਆਹ ਗੱਲ ਹੈਗੀ ਐ 10 ਲੋਕਾਂ 'ਚ ਜਦੋਂ ਕੋਈ 6 ਲੋਕ ਜਾਂ 7 ਲੋਕ ਕਹਿੰਦੇ ਹੁੰਦੇ ਆ ਕਿ ਆਹ ਗੱਲ ਹੋ ਸਕਦੀ ਐ ਜਾਂ ਗੱਲ ਦੇ ਬਾਰੇ ਚਰਚਾ ਚੱਲ ਰਹੀ ਐ ਮੈਂ ਇੱਥੋਂ ਸੁਣੀ ਐ ਕੋਈ ਕਹਿੰਦਾ ਮੈਂ ਇੱਥੋਂ ਸੁਣੀ ਐ ਉਸ ਤੋਂ ਬਾਅਦ ਹੀ ਆਪਾਂ ਇਹ ਪੁਖਤਾ ਇਨਫੋਰਮੇਸ਼ਨ ਦੇ ਰਹੇ ਆਂਗੇ ਕਿ ਸੋਰਸੇ ਦੱਸ ਰਹੇ ਨੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੋਣਗੇ ਤੇ ਉਹਨਾਂ ਦੇ ਨਾਲ ਦੋ ਵਰਕਿੰਗ ਪ੍ਰਧਾਨ ਹੋਣਗੇ ਤਾਂ ਦੋ ਵਰਕਿੰਗ ਪ੍ਰਧਾਨ ਲਾਉਣ ਦਾ ਮਤਲਬ ਨਵਜੋਤ ਸਿੰਘ ਸਿੱਧੂ ਨੂੰ ਵੀ ਸਟੇਬਲ ਰੱਖਣਾ ਦੋ ਵਰਕਿੰਗ ਪ੍ਰਧਾਨ ਹੋਣਗੇ ਉਹ ਵੀ ਆਪਣੀ ਇੱਕ ਰਾਜਨੀਤੀ ਤੇ ਰਣਨੀਤੀ ਤਿਆਰ ਕਰਨਗੇ ਤੇ ਦੂਜੇ ਪਾਸੇ ਇੱਕ ਬੈਲੈਂਸ ਬਣਾਉਣ ਦੀ ਕਾਸਟ ਤੇ ਰਿਲੀਜੀਅਨ ਦਾ ਬੈਲੈਂਸ ਆ ਜਿਹੜਾ ਯਾਨੀ ਧਰਮ ਦਾ ਜਿਹੜਾ ਬੈਲੈਂਸ ਆ ਕਿ ਗੀ ਜੀ ਹਿੰਦੂ ਕਿਉਂ ਹਿੰਦੂ ਤਾਂ ਨਹੀਂ ਇਗਨੋਰ ਹੋਗੇ ਦਲਿਤ ਤਾਂ ਨਹੀਂ ਇਗਨੋਰ ਹੋਗੇ ਇਸ ਤਰ੍ਹਾਂ ਹੁੰਦੀ ਆ ਪੋਲਿਟਿਕਸ ਪ੍ਰੈਕਟੀਕਲ ਪੋਲਿਟਿਕਸ ਐ ਹੀ ਹੁੰਦੀ ਆ ਬਹੁਤੇ ਲੋਕ ਕਹਿੰਦੇ ਆ ਜੀ ਪੋਲਿਟਿਕਸ ਕਾਸਟ ਦੀ ਗੱਲ ਰਿਲੀਜੀਅਨ ਦੀ ਗੱਲ ਉਹ ਦੱਬੀ ਨਹੀਂ ਜਾਂਦੀਆਂ ਗੱਲਾਂ ਹੈਗੀਆਂ ਉਹਨਾਂ ਦੇ ਆਧਾਰ ਤੇ ਹੁੰਦੀਆਂ ਹਾਲਾਂਕਿ ਉਹ ਮਾੜੀ ਗੱਲ ਆ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਰਾਜਨੀਤੀ ਨਹੀਂ ਹੋ रियलिटी ਆ ਤਾਂ ਉਹਦੇ ਉਹਦੇ ਨਾਲ ਵੋਟ ਬੈਂਕ ਜੁੜਿਆ ਹੋਇਆਗਾ ਕੋਈ 36% ਆ ਕੋਈ 32% ਆ ਕੋਈ 48% ਆ ਹਰ ਬੰਦਾ ਫਿਰ ਆਪਣੇ ਤਰੀਕੇ ਦੇ ਨਾਲ ਹਰ ਕਮਿਊਨਿਟੀ ਆਪਣੇ ਤਰੀਕੇ ਨਾਲ ਪੋਲਿਟਿਕਸ ਕਰਦੀ ਆ ਤਾਂ ਪਾਰਟੀਆਂ ਵੀ ਫਿਰ ਉਹ ਕਮਿਊਨਿਟੀ ਪੋਲਿਟਿਕਸ ਨੂੰ ਸਮਝਦੀਆਂ ਹੁੰਦੀਆਂ ਨੇ ਭਾਈਚਾਰਿਆਂ ਦੀ ਰਾਜਨੀਤੀ ਚ ਹਿੰਦੂ ਭਾਈਚਾਰੇ ਦੀ ਆ ਦਲਿਤ ਭਾਈਚਾਰੇ ਦੀ ਆ ਜੱਟ ਭਾਈਚਾਰੇ ਦੀ ਆ ਇਸ ਤਰ੍ਹਾਂ ਦੀ ਰਾਜਨੀਤੀ ਬੁਣੀ ਜਾਂਦੀ ਆ ਤਾਂ ਉਸੇ ਤਰ੍ਹਾਂ ਦੀ ਰਾਜਨੀਤੀ ਬੁਣੀ ਜਾ ਰਹੀ ਹੈ ਇਹਦੀ ਅਨਾਉਂਸਮੈਂਟ ਮੰਨਿਆ ਜਾ ਰਿਹਾ ਅਗਲੇ 2-3 ਦਿਨਾਂ ਦੇ ਅੰਦਰ ਕੋਈ ਵੱਡੀ ਅਨਾਉਂਸਮੈਂਟ ਹੋਣ ਜਾ ਰਹੀ ਹੈ ਹੋ ਸਕਦਾ ਸਿੱਧਾ ਪ੍ਰੈਸ ਨੋਟ ਆਵੇ ਹੋ ਸਕਦਾ ਕੋਈ ਦਿੱਲੀ ਤੋਂ ਅਨਾਉਂਸ ਕਰੇ ਹੋ ਸਕਦਾ ਕੋਈ ਪ੍ਰੈਸ ਕਾਨਫਰੈਂਸ ਬੁਲਾਈ ਜਾਵੇ ਇਹਦੇ ਲਈ ਬਹੁਤ ਥੋੜੇ ਲੋਕ ਇਹ ਕਹਿ ਰਹੇ ਨੇ ਕੁਝ ਲੋਕਾਂ ਨੂੰ ਸੁਨੇਹੇ ਲੱਗ ਵੀ ਚੁੱਕੇ ਨੇ ਕੁਝ ਲੋਕਾਂ ਤੱਕ ਮੈਸੇਜ ਪਹੁੰਚ ਵੀ ਚੁੱਕਿਆ ਕਿ ਕੁਝ ਨਾ ਕੁਝ ਅਨਾਉਂਸ ਹੋਣ ਜਾ ਰਿਹਾ ਹੈ